ਇਹਦੇ ਵਿੱਚ ਮੈਨੂੰ ਇੱਕ ਚੀਜ਼ ਇਹ ਲੱਗ ਮਹਿਸੂਸ ਹੋ ਰਹੀ ਹੈ ਜਿਹੜਾ ਸਾਡਾ ਕਿਸਾਨ ਅੰਦੋਲਨ ਆ ਉਹ ਪੰਜਾਬ ਤੱਕ ਸੀਮਿਤ ਹੋ ਕੇ ਰਹਿ ਗਿਆ ਹੈਗਾ ਉਹਦਾ ਜਿਹੜਾ ਆਕਾਰ ਹੈ ਬਹੁਤ ਲਿਮਿਟਡ ਹੋ ਗਿਆ ਜਦਕਿ ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੋਣਾ ਚਾਹੀਦਾ ਸੀਗਾ ਜੇ ਸਾਰੇ ਪਾਸੇ ਮਾਰ ਪੈਂਦੀ ਸਰਕਾਰ ਨੂੰ ਤੇ ਇਹਦਾ ਪ੍ਰਭਾਵ ਜ਼ਰੂਰ ਆਉਂਦਾ ਉਹਨਾਂ ਨੇ ਇਹ ਸਾਰੇ ਆਸਪੈਕਟ ਸਾਰੇ ਪਹਿਲੂ ਚੈੱਕ ਕੀਤੇ ਨੇ ਵੀ ਜਦੋਂ ਅਸੀਂ ਲਾਗੂ ਕਰਦੇ ਹਾਂ ਕਿਹੜੇ ਸੂਬੇ ਵਿੱਚ ਕਿਸ ਤਰ੍ਹਾਂ ਦਾ ਵਿਦਰੋਹ ਹੋਊਗਾ ਕਿਸ ਤਰ੍ਹਾਂ ਸੰਘਰਸ਼ ਸਟਾਰਟ ਹੋਊਗਾ ਅਤੇ ਉਹਦੇ ਲਈ ਅਸੀਂ ਕੀ ਪ੍ਰੀਕੋਸ਼ਨਸ ਲੈਣੀਆਂ ਨੇ ਅਸੀਂ ਉਹਨੂੰ ਦਬਾਅ ਪਾਈਏ ਮੈਂ ਕਹਿੰਦਾ ਮੈਂ ਕਿਸਾਨ ਹਾਂ ਜੀ ਤੁਸੀਂ ਮੇਰੇ ਭੱਲੇ ਬਾਰੇ ਨਾ ਸੋਚੋ ਹੱਥ ਜੋੜ ਕੇ ਬੇਨਤੀ ਆ ਅਤੇ ਮੈਨੂੰ ਇਹ ਭਲਾ ਨਹੀਂ ਚਾਹੀਦਾ ਤੁਹਾਡਾ ਹੈ ਤੁਸੀਂ ਕਿਉਂ ਮੈਨੂੰ ਫੋਰਸ ਕਰ ਰਹੇ ਹੋ ਨਿਵੇਂ ਤੇਰਾ ਭਲਾ ਕਰਨਾ ਹੀ ਕਰਨਾ ਹੈ ਦੇਸ਼ ਦੇ ਵਿੱਚ ਸੇਬ ਨੂੰ ਸੇਬ ਦੇ ਨਾਲ ਨਹੀਂ ਜਾਣਿਆ ਜਾਂਦਾ ਅਦਾਨੀ ਐਪਲ ਦੇ ਨਾਲ ਜਾਣਿਆ ਜਾਂਦਾ ਸਾਰੇ ਦੇਸ਼ ਦੇ ਜਿੰਨਾ ਸੇਬ ਦਾ ਰਾਜਾ ਇਹ ਆ ਕਿਸਾਨ ਦਾ ਤਾਂ ਖੂਨ ਚੂਸ ਲੈਂਦੇ ਨੇ ਸਰੰਜਾ ਲਾ ਕੇ ਖੂਨ ਕੱਢ ਲੈਂਦੇ ਨੇ ਬਸ ਤੇਰਾ ਦਿਲ ਚੱਲਦਾ ਰਹੇ ਤੇਰਾ ਅਤੇ ਖੂਨ ਕੱਢ ਲਓ ਸਾਰਾ ਉਹਦਾ ਖੂਨ ਕੱਢ ਕੇ 20-25 ਰੁਪਏ ਨੂੰ ਪੀਤੀ ਜਾ ਰਹੇ ਨੇ ਉੱਥੋਂ ਤੋਂ ਕਿਸਾਨ ਤਾਂ ਜੋ ਅੱਜ ਕਿਸਾਨ ਸੜਕਾਂ 'ਤੇ ਬੈਠਾ ਹੋਇਆ ਰੌਲਾ ਪਾ ਰਿਹਾ ਹੈ ਕਿ ਪ੍ਰਾਈਵੇਟਾਈਜੇਸ਼ਨ ਦੇ ਨਾਲ ਕੱਲ੍ਹ ਨੂੰ ਕਬਜ਼ਾ ਅਡਾਨੀਆਂ ਅੰਬਾਨੀਆਂ ਦਾ ਇਨਡਾਇਰੈਕਟ ਤੌਰ 'ਤੇ ਜਾਂ ਡਾਇਰੈਕਟ ਤੌਰ 'ਤੇ ਤੁਹਾਡੇ ਖੇਤਾਂ 'ਤੇ ਹੋ ਜਾਣਾ ਇਹ ਹੋ ਜਾਣਾ ਫਿਰ ਸਾਨੂੰ ਇਹ ਸੰਘਰਸ਼ ਨੂੰ ਦੇਸ਼ ਦਾ ਸੰਘਰਸ਼ ਪਾਉਣਾ ਪੈਣਾ ਸਾਨੂੰ ਐਵੇਂ ਉਹਨੂੰ ਗਾਲਾਂ ਕੱਢਤੀਆਂ ਇਹਨੂੰ ਗਾਲਾਂ ਕੱਢਤੀਆਂ ਇਹ ਚੀਜ਼ ਬੰਦ ਕਰਨੀ ਚਾਹੀਦੀ ਬਿਲਕੁਲ ਤਾਂ ਜਿਵੇਂ ਆਪਾਂ ਕਹਿੰਦੇ ਵੀ ਬਿਹਾਰ ਵਾਲਾ 10 ਕਿੱਲੇ ਵਾਲਾ ਯੂਪੀ ਵਾਲਾ 10-12 ਕਿੱਲੇ ਵਾਲਾ ਇੱਥੇ ਆ ਕੇ ਲੇਬਰ ਕਰਦਾ ਹੈ ਸਾਡਾ ਉਹ ਹਾਲਾਤ ਬਣਾ ਦੇਣਗੇ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੋਤ ਸਿੰਘ ਮੱਕੜ ਕਿਸਾਨੀ ਸੰਘਰਸ਼ ਦੇ ਵਿੱਚੋਂ ਹੁਣ ਤੱਕ ਅਸੀਂ ਕੀ ਖੱਟਿਆ ਕੀ ਗਵਾਇਆ ਅਤੇ ਅੱਗੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਬਹੁਤ ਲਾਜ਼ਮੀ ਇਹਦੇ ਬਾਰੇ ਗੱਲਬਾਤ ਕਰਨੀ ਸੜਕਾਂ 'ਤੇ ਅਸੀਂ ਸਪੀਚਾਂ ਦੇ ਰਹੇ ਹਾਂ ਚੰਗੀ ਗੱਲ ਹੈ ਲਾਮਬੰਦੀ ਹੋਈ ਪਈ ਹੈ ਕਲਾਕਾਰ ਅਤੇ ਹੋਰ ਵਰਗ ਵੀ ਸਾਡੇ ਨਾਲ ਜੁੜੇ ਕਿਸਾਨਾਂ ਦੇ ਨਾਲ ਆ ਕੇ ਖੜ੍ਹੇ ਹੈ ਪਰ ਹੁਣ ਅੱਗੇ ਦੀ ਰਣਨੀਤੀ ਕਿਵੇਂ ਹੋਵੇ ਔਰ ਕੇਂਦਰ ਦੀ ਸਰਕਾਰ ਨਾਲ ਜਦੋਂ ਮੱਥਾ ਲਾਇਆ ਤਾਂ ਸਰਕਾਰਾਂ ਨਾਲ ਲੜਿਆ ਕਿਵੇਂ ਜਾਂਦਾ ਇਹ ਬਹੁਤ ਇੰਪੋਰਟੈਂਟ ਹੈ ਕਿ ਸਰਕਾਰਾਂ ਦੇ ਨਾਲ ਹੁਣ ਕਿਵੇਂ ਫਾਈਟ ਰਹੂਗੀ ਇਹ ਫੈਡਰਲ ਸਟਰਕਚਰ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਉਸ ਫੈਡਰਲਿਜ਼ਮ ਨੂੰ ਬਚਾਇਆ ਕਿਵੇਂ ਜਾਣਾ ਕੇਂਦਰ ਦੇ ਨਾਲ ਇਹ ਲੜਾਈ ਕਿਵੇਂ ਲੜੀ ਜਾਣੀ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਚੀਫ ਐਡੀਟਰ ਰਾਜਦੀਪ ਸਿੰਘ ਬੈਨੀਪਾਲ ਸਾਹਿਬ ਨੇ ਸਤਿ ਸ਼੍ਰੀ ਅਕਾਲ ਰਾਜਦੀਪ ਜੀ ਸਵਾਗਤ ਹੈ ਰਾਜਦੀਪ ਜੀ ਕੀ ਇਹ ਲੜਾਈ ਸਹੀ ਦਿਸ਼ਾ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ ਸਾਡੀ ਇਸ ਹੁਣ ਤੱਕ ਦੀ ਸੰਘਰਸ਼ ਦੀ ਕਿਸਾਨਾਂ ਦੀ ਕੋਈ ਫਰਕ ਪਿਆ ਹੈਗਾ ਸਿਮਰਨ ਜੀ ਦੇਖੋ ਤੁਸੀਂ ਮੋਦੀ ਸਰਕਾਰ ਦੇ ਪਿਛੋਕੜ 'ਚ ਜਾਓ ਤੁਸੀਂ ਅਸੀਂ CA NRC ਦੀ ਗੱਲ ਕਰ ਲਈਏ ਧਾਰਾ 370 ਦੀ ਗੱਲ ਕਰ ਲਈਏ 3 ਤਲਾਕਾਂ ਦਾ ਮਸਲਾ ਹੋਵੇ ਹੋਰ ਜੋ ਵੀ ਇਹਦੀ ਪਿਛਲੀ ਕਾਰਗੁਜ਼ਾਰੀ ਹੋਈ ਸਰਕਾਰ ਦੀ ਰਹੀ ਆ ਸਰਕਾਰ ਨੇ ਜੋ ਮਿੱਥਿਆ ਉਹਨੂੰ ਕੀਤਾ ਚਾਹੇ ਜਿਸ ਤਰ੍ਹਾਂ ਚਾਹੇ ਉਹਦਾ ਦੇਸ਼ ਦੇ ਵਿੱਚ ਵੱਡਾ ਅੰਦੋਲਨ ਸ਼ੁਰੂ ਹੋਏ ਅੰਦੋਲਨ ਸ਼ੁਰੂ ਵੀ ਹੋਏ ਅੰਦੋਲਨ ਖਤਮ ਵੀ ਹੋ ਗਏ ਹੁਣ ਜੇ ਅਸੀਂ ਕਿਸਾਨ ਰਣਨੀਤੀ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਮੈਨੂੰ ਇੱਕ ਚੀਜ਼ ਇਹ ਲੱਗ ਮਹਿਸੂਸ ਹੋ ਰਹੀ ਹੈ ਜਿਹੜਾ ਸਾਡਾ ਕਿਸਾਨ ਅੰਦੋਲਨ ਆ ਉਹ ਪੰਜਾਬ ਤੱਕ ਸੀਮਿਤ ਹੋ ਕੇ ਰਹਿ ਗਿਆ ਹੈਗਾ ਉਹਦਾ ਜਿਹੜਾ ਆਕਾਰ ਹੈ ਬਹੁਤ ਲਿਮਿਟਡ ਹੋ ਗਿਆ ਜਦਕਿ ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੋਣਾ ਚਾਹੀਦਾ ਸੀਗਾ ਜੇ ਸਾਰੇ ਪਾਸੇ ਮਾਰ ਪੈਂਦੀ ਸਰਕਾਰ ਨੂੰ ਤਾਂ ਇਹਦਾ ਪ੍ਰਭਾਵ ਜ਼ਰੂਰ ਆਉਂਦਾ ਪਰ ਹੁਣ ਤੱਕ ਜਿਸ ਤਰ੍ਹਾਂ ਸਰਕਾਰ ਦੀ ਕੋਈ ਸਟੇਟਮੈਂਟ ਨਹੀਂ ਆਈ ਹੈਗੀ ਸਰਕਾਰ ਨੇ ਕੋਈ ਇਹ 'ਚ ਰੁਚੀ ਨਹੀਂ ਦਿਖਾਈ ਹੈਗੀ ਮੈਨੂੰ ਸਰਕਾਰ ਦਾ ਜ਼ਿਆਦਾ ਝਕਾਰ ਲੱਗਦਾ ਨਹੀਂ ਹੈ ਇਸ ਪਰ ਸਰਕਾਰ ਤਾਂ ਪੋਜ਼ਿਟਿਵ ਹੋ ਰਹੀ ਹੈ ਤੁਸੀਂ ਦੇਖੋ ਕਿ ਹਰਦੀਪ ਪੂਰੀ ਪੰਜਾਬ ਆਏ ਉਹ ਕਹਿ ਕੇ ਗਏ ਗੁੰਮਰਾਹ ਨਾ ਹੋ ਅਸੀਂ ਤੁਹਾਨੂੰ ਬਿਠਾ ਕੇ ਸਿਖਾਉਂਦੇ ਹਾਂ ਦੱਸਦੇ ਹਾਂ ਵੀ ਇਹਦੇ 'ਚ ਜਿਹੜੀਆਂ ਤੁਹਾਡੇ ਫਾਇਦੇ ਵਾਸਤੇ ਨੇ ਔਰ ਇਹ ਚੰਗਾ ਹੈ ਤੁਹਾਡੇ ਵਾਸਤੇ ਬਿੱਲ ਤਾਂ ਸਰਕਾਰ ਤਾਂ ਅੜੀ ਹੋਈ ਹੈ ਵੀ ਇਹ ਬਹੁਤ ਵਧੀਆ ਨੇ ਤੇ ਕਿਸਾਨਾਂ ਦੀ ਤਾਂ ਇਹੀ ਮੰਗ ਹੈ ਵੀ ਸਾਡੀ ਕਿਸਾਨੀ ਜੀ ਅਸੀਂ ਬਚਾਉਣੀ ਹੈ ਸਾਡੀ ਪਰਚੇਜ਼ ਦੀ ਲਾਜ਼ਮੀ ਕਰ ਦਿਓ ਸਾਡੀ MSP ਲਾਗੂ ਕਰ ਦਿਓ ਸਾਡੇ ਪ੍ਰੋਡਕਟ 'ਤੇ ਅਤੇ ਸਰਕਾਰ ਕਹਿੰਦੀ ਨਹੀਂ ਲੜਾਈ ਤਾਂ ਇੱਥੇ ਖੜੀ ਹੈ ਜਦਕਿ ਇਹਦੇ ਦੇਖੋ ਸਰਕਾਰ ਨੂੰ ਵੀ ਕੁਛ ਜੇ ਸਰਕਾਰ ਨੇ ਐਡਾ ਵੱਡਾ ਇਹ ਕਾਨੂੰਨ ਪਾਸ ਕੀਤਾ ਤਾਂ ਸਰਕਾਰ ਦੀ ਕੋਈ ਰਣਨੀਤੀ ਹੋਊਗੀ ਹੁਣ ਸਾਨੂੰ ਸਾਡੀ ਰਣਨੀਤੀ ਦੇ ਸਾਡਾ ਜਿਹੜਾ ਇਹਦਾ ਭਵਿੱਖ ਹੈ ਸਾਡੇ ਸੰਘਰਸ਼ ਦਾ ਜੋ ਸਾਡਾ ਕਿਸਾਨੀ ਘੋਲ ਹੈ ਜਿਹਨੂੰ ਕਹਿੰਦੇ ਹਾਂ ਅਸੀਂ ਇਹਦਾ ਭਵਿੱਖ ਨਾ ਸਾਡੀ ਰਣਨੀਤੀ 'ਤੇ ਡਿਪੈਂਡ ਕਰਦਾ ਸਾਡੀ ਰਣਨੀਤੀ ਕੀ ਹੋਊਗੀ ਅਸੀਂ ਜਦੋਂ ਤੱਕ ਆਪਣੇ ਦੁਸ਼ਮਣ ਤੋਂ ਅੱਗੇ ਸੋਚਾਂਗੇ ਫਿਰ ਸਾਡੀ ਰਣਨੀਤੀ ਕਾਮਯਾਬ ਹੋ ਸਕਦੀ ਹੈ ਮੈਨੂੰ ਇਹ ਲੱਗਦਾ ਅਸੀਂ ਜਿਹੜੀ ਸਾਡੀ ਸੋਚ ਦਾ ਦਾਇਰਾ ਹੈ ਉਹ ਸਾਨੂੰ ਦੁਸ਼ਮਣ ਤੋਂ ਅੱਗੇ ਵਧਾਉਣਾ ਚਾਹੀਦਾ ਹੈਗਾ ਤਾਂ ਹੀ ਅਸੀਂ ਇੱਕ ਸਫ਼ਰ ਸਾਡਾ ਜਿਹੜਾ ਅੰਦੋਲਨ ਆ ਅੱਗੇ ਚਲਾ ਪਾਵਾਂਗੇ ਪਰ ਕੀ ਹੁਣ ਤੱਕ ਠੀਕ ਨਹੀਂ ਲੱਗ ਰਿਹਾ ਹੁਣ ਤੱਕ ਤੁਹਾਨੂੰ ਲੱਗਦਾ ਕਿ ਅਸੀਂ ਇੱਕ ਸਟੈਪ ਫਰਦਰ ਸੋਚ ਨਹੀਂ ਪਾ ਰਹੇ ਦੇਖੋ ਜੇ ਇਸ ਤਰ੍ਹਾਂ ਦਾ ਵਿਦਰੋਹ ਦੇਸ਼ 'ਚ ਹੋਣਾ ਸੀਗਾ ਪਹਿਲੀ ਗੱਲ ਤਾਂ ਹੋਰ ਕਿਸੇ ਸੂਬੇ ਵਿੱਚੋਂ ਇਸ ਤਰ੍ਹਾਂ ਵਿਦਰੋਹ ਨਹੀਂ ਹੋਇਆ ਹਰਿਆਣਾ ਸਾਡਾ ਨਾਲ ਦਾ ਲੱਗਦਾ ਸੂਬਾ ਹੈਗਾ ਅਤੇ ਉੱਥੇ ਵੀ ਕਿਸਾਨ ਉੱਠੇ ਦਵੀ ਦਵਾਜ ਦੇ ਵਿੱਚ ਪੁੱਤ
ਇਹਨਾਂ ਦੀ ਬੀਜੇਪੀ ਸਰਕਾਰ ਆ। ਦੇਖੋ ਸਰਕਾਰ ਨੇ ਇਹ ਸਾਰਾ ਸਾਰਾ ਕੁਛ ਰਣਨੀਤੀ ਅਧੀਨ ਕੀਤਾ, ਹਰਿਆਣੇ ਚ ਉਹਨਾਂ ਦੀ ਸਰਕਾਰ ਆ, ਯੂਪੀ ਚ ਉਹਨਾਂ ਦੀ ਸਰਕਾਰ। ਤੁਹਾਨੂੰ ਲੱਗਦਾ ਵੀ ਇਹ ਕੇਂਦਰ ਦੀ ਸਰਕਾਰ ਨੂੰ ਪਹਿਲਾਂ ਤੋਂ ਪਤਾ ਸੀ? ਸਰਕਾਰ ਨੇ ਦੇਖੋ ਜੇ ਸਰਕਾਰ ਦੀ ਜਿਹੜੀ ਯੋਜਨਾਬੰਦੀ ਹੋਈ ਹੈ ਕਾਨੂੰਨ ਲਾਗੂ ਕਰਨ ਤੋਂ ਬਾਅਦ, ਪਹਿਲਾਂ ਤਾਂ ਉਹਨਾਂ ਨੇ ਬਹੁਤ ਗੰਭੀਰਤਾ ਦੇ ਨਾਲ ਢੰਗਾਈ ਨੇ ਜਾ ਕੇ ਇਹਦੀ ਵਿਰੋਧਬੰਦੀ ਕੀਤੀ ਹੈ, ਫਿਰ ਸਰਕਾਰ ਨੇ ਲਾਗੂ ਕੀਤੀ। ਤੁਹਾਨੂੰ ਕੀ ਲੱਗਦਾ ਸਰਕਾਰ ਨੇ ਰਾਤ ਰਾਤ ਸਟੈਪ ਕਰ ਲਿਆ ਹੈ? ਉਹਨਾਂ ਨੇ ਇਹ ਸਾਰੇ ਆਸਪੈਕਟ ਸਾਰੇ ਪਹਿਲੂ ਚੈੱਕ ਕੀਤੇ ਨੇ ਵੀ ਜਦੋਂ ਅਸੀਂ ਲਾਗੂ ਕਰਦੇ ਹਾਂ ਕਿਹੜੇ ਸੂਬੇ ਵਿੱਚ ਕਿਸ ਤਰ੍ਹਾਂ ਦਾ ਵਿਦਰੋਹ ਹੋਊਗਾ, ਕਿਸ ਤਰ੍ਹਾਂ ਸੰਘਰਸ਼ ਸਟਾਰਟ ਹੋਊਗਾ, ਅਤੇ ਉਹਦੇ ਲਈ ਅਸੀਂ ਕੀ ਪ੍ਰੀਕੋਸ਼ਨਸ ਲੈਣੀਆਂ ਨੇ, ਅਸੀਂ ਉਹਨੂੰ ਦਬਾਅ ਪਾਈਏ। ਸਰਕਾਰ ਦੀ ਰਣਨੀਤੀ ਸੀਗੀ, ਹੁਣ ਸਾਡੀ ਰਣਨੀਤੀ ਕੀ ਹੋਣੀ ਚਾਹੀਦੀ ਆ? ਸਾਡੀ ਰਣਨੀਤੀ ਸਰਕਾਰ ਦੀ ਰਣਨੀਤੀ ਤੋਂ ਉੱਪਰ ਹੋਣੀ ਚਾਹੀਦੀ ਹੈ। ਸਾਨੂੰ ਵੀ ਸੋਚਣਾ ਚਾਹੀਦਾ, ਦੇਖੋ ਸਾਡੇ ਨਾਲ ਬਿਹਾਰ ਨਹੀਂ ਬੋਲਿਆ, ਯੂਪੀ ਨਹੀਂ ਬੋਲਿਆ, ਪਰ ਅਸੀਂ ਸਾਡੀ ਦੇਖੋ ਸਾਡੀ ਯੋਜਨਾਬੰਦੀ, ਸਾਨੂੰ ਸਾਰਿਆਂ ਦੀ ਸਾਡੀ ਸਟਰੈਂਥ, ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈਗੀ ਹੈ, ਸਾਡੀ ਇੱਕ ਸਟੇਜ ਹੋਵੇ ਅਤੇ ਉੱਥੇ ਸਾਡੀ ਸਰਕਾਰ ਨੂੰ ਤਾਕਤ ਦਿਖਾਈਏ ਆਪਣੀ, ਅਸੀਂ ਤਾਕਤ ਦਿਖਾਈਏ, ਸਾਡੀ ਸਹੀ ਯੋਜਨਾਬੰਦੀ ਅਤੇ ਸਹੀ ਅਸੀਂ ਮਾਰਗ ਦਿਸ਼ਾ ਚੁਣੀਏ। ਉਸ ਤੋਂ ਬਾਅਦ ਸਰਕਾਰ 'ਤੇ ਜੇ ਪ੍ਰਭਾਵ ਆਊਗਾ ਫਿਰ ਸਾਨੂੰ ਜੋਸ਼ ਦਿਖਾਉਣ ਦੀ ਲੋੜ ਹੈ, ਫਿਰ ਅਸੀਂ ਦਿਖਾਈਏ ਸਾਡੇ ਸਾਡਾ ਕਿੰਨਾ ਜੋਸ਼ ਆ। ਅਸੀਂ ਪਹਿਲਾਂ ਜੋਸ਼ ਨਾ ਦਿਖਾਈਏ ਸਰਕਾਰ ਨੂੰ ਵੀ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ, ਜੇ ਅਸੀਂ ਇਹ ਕੁਛ ਕਹਾਂਗੇ ਤਾਂ ਸਰਕਾਰ ਨੇ ਵੀ ਸੋਚਿਆ ਹੋਇਆ ਨਾ ਸਾਰੇ ਪਹਿਲੂ, ਜਦੋਂ ਤੱਕ ਸਾਡਾ ਪ੍ਰਭਾਵ ਨਹੀਂ ਜਾਊਗਾ ਫਿਰ ਤੁਹਾਡਾ ਜੋਸ਼ ਨੇ ਕੰਮ ਆਉਣਾ। ਜੋ ਕੁਛ ਹੋ ਰਿਹਾ, ਟਰੈਕਟਰ ਰੈਲੀਆਂ ਹੋਈਆਂ, ਅਕਾਲੀ ਦਲ ਨੇ ਕਰ ਲਈ, ਰਾਹੁਲ ਗਾਂਧੀ ਆ ਗਏ, ਬੀਜੇਪੀ ਨੇ ਤਾਂ ਇੱਕ ਟਰੈਕਟਰ ਰੈਲੀ ਪੋਜ਼ਿਟਿਵ ਕਰਤੀ ਵੀ ਇਹ ਤਾਂ ਬਹੁਤ ਵਧੀਆ ਕਾਨੂੰਨ ਹੈ ਜੀ, ਉਹ ਦਿੱਲੀ ਵਾਲੇ ਪਾਸੇ, ਹਿਮਾਚਲ ਚ ਵੀ ਇੱਕ ਟਰੈਕਟਰ ਰੈਲੀ ਚਲੋ ਕਾਂਗਰਸ ਨੇ ਕੀਤੀ ਹੈ, ਇਹਨਾਂ ਚੀਜ਼ਾਂ ਦਾ ਕੋਈ ਇੰਪੈਕਟ ਨਹੀਂ ਹੋਣਾ ਉੱਥੇ? ਦੇਖੋ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਸਿਆਸੀ ਪੱਖ ਤੋਂ ਸੋਚਦੀਆਂ ਨੇ, ਰਾਜਨੀਤਿਕ ਪਾਰਟੀਆਂ ਹੈਗੀਆਂ, ਜੋ ਕਿਸਾਨ ਨੇ ਉਹ ਕਿਸਾਨੀ ਪੱਖ ਦੇ ਹਿਸਾਬ ਨਾਲ ਸੋਚਦੇ ਹੈਗੇ ਨੇ, ਉਹਨਾਂ ਦਾ ਰੁਜ਼ਗਾਰ ਹੈ ਇਹ, ਉਹਨਾਂ ਦਾ ਤਾਂ ਖੇਤੀਬਾੜੀ ਰੁਜ਼ਗਾਰ ਆ, ਅਤੇ ਸਿਆਸੀ ਲੋਕਾਂ ਦਾ ਜਿਹੜੀ ਹੈਗੀ ਆ ਉਹਨਾਂ ਦਾ ਰੁਜ਼ਗਾਰ ਹੈ ਉਹ ਸਿਆਸਤ, ਉਹ ਆਪਣੇ ਪੱਖ ਨਾਲ ਸੋਚਦੇ ਪਏ ਨੇ, ਕਿਸਾਨ ਆਪਣੇ ਪੱਖ ਨਾਲ ਸੋਚਦੇ ਪਏ ਨੇ। ਇੱਕ ਚੀਜ਼ ਦੇਖੋ, ਮੈਨੂੰ ਸੁਣ ਜੀ, ਇੱਕ ਚੀਜ਼ ਦੱਸੋ ਤੁਸੀਂ, ਜਦੋਂ ਕਿਸਾਨ ਕਹਿ ਰਿਹਾ, ਤੁਸੀਂ ਕਹਿੰਦੇ ਤੁਹਾਡੇ ਭਲੇ ਲਈ ਆ, ਮੈਂ ਤੁਹਾਨੂੰ ਕਹਿੰਦਾ ਆ ਚੀਜ਼ ਤੁਹਾਡੇ ਭਲੇ ਲਈ ਆ, ਤੁਸੀਂ ਕਹਿੰਦੇ ਮੈਨੂੰ ਭਲੇ ਵਾਲੀ ਚੀਜ਼ ਨਹੀਂ ਚਾਹੀਦੀ ਯਾਰ, ਤਾਂ ਮੈਂ ਤੁਹਾਨੂੰ ਕਿਉਂ ਜ਼ਬਰਦਸਤੀ ਦੇ ਰਿਹਾ ਹੈਗਾ? ਮੈਂ ਕਹਿੰਦਾ ਮੈਂ ਕਿਸਾਨ ਹਾਂ ਜੀ, ਤੁਸੀਂ ਮੇਰੇ ਭਲੇ ਬਾਰੇ ਨਾ ਸੋਚੋ, ਹੱਥ ਜੋੜ ਕੇ ਬੇਨਤੀ ਆ, ਅਤੇ ਮੈਨੂੰ ਇਹ ਭਲਾ ਨਹੀਂ ਚਾਹੀਦਾ ਤੁਹਾਡਾ ਹੈਗਾ, ਤਾਂ ਤੁਸੀਂ ਕਿਉਂ ਮੈਨੂੰ ਫੋਰਸ ਕਰ ਰਹੇ ਹੋ ਵੀ ਨਹੀਂ ਮੈਂ ਤੇਰਾ ਭਲਾ ਕਰਨਾ ਹੀ ਕਰਨਾ ਹੈਗਾ? ਇਹ ਤਾਂ ਉਹੀ ਗੱਲ ਹੋਈ ਹੈ ਵੀ ਮੈਂ ਤੇਰਾ ਭਲਾ ਕਰਨਾ ਹੀ ਕਰਨਾ, ਤੁਸੀਂ ਮੈਨੂੰ ਮੈਂ ਇਨਕਾਰੀ ਹਾਂ ਤੁਸੀਂ ਚੀਜ਼ ਤੋਂ ਵੀ ਸਰਕਾਰ ਨੂੰ ਇਸ ਚੀਜ਼ ਬਾਰੇ, ਇਹਨਾਂ ਦਾ ਫਿਊਚਰ ਭਵਿੱਖ ਜਿਹੜਾ ਕਿਸਾਨਾਂ ਦਾ। ਹੁਣ ਅਸੀਂ ਕਹਿੰਦੇ ਕਿਸਾਨ ਨੂੰ ਸੰਤੁਸ਼ਟੀ ਕਿਉਂ ਨਹੀਂ ਹੈਗੀ, ਸਿਕਿਉਰਟੀ ਕਿਉਂ ਨਹੀਂ ਹੈਗੀ, ਕਿਸਾਨ ਵਿਸ਼ਵਾਸ ਕਰੇ ਸਰਕਾਰ ਦੀ ਗੱਲ 'ਤੇ? ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ, 18 ਫਸਲਾਂ 'ਤੇ ਹੋਰ ਆ, ਸਭ ਤੋਂ ਪਹਿਲਾਂ ਜਿਹੜਾ ਸਾਡੇ ਦੇਸ਼ ਦੇ ਵਿੱਚ ਮੰਡੀਕਰਨ ਸਿਸਟਮ ਨੂੰ ਸੋਧ ਕਰਨ ਦੀ ਲੋੜ ਹੈ, ਜਿਹੜੀਆਂ ਵਿੱਚ ਦਲਾਲੀਆਂ ਨੇ। ਤੁਸੀਂ ਮੈਂ ਅੱਗੇ ਅਕਸਰ ਇਹੀ ਗੱਲ ਕਰਦਾ ਹੁੰਦਾ ਵੀ ਮੈਂ ਨਾ ਇੱਕ ਵਾਰ ਕਿਸੇ ਨਾਲ ਗੱਲ ਕਰਦਾ ਪਿਆ ਸੀ, ਮੈਂ ਕਿਹਾ ਯਾਰ ਜਿੰਨੀ ਸਰੋਂ ਹੈ, ਸਰੋਂ ਦੇ ਤੇਲ ਪਰ ਅਦਾਨੀ ਨੇ ਖੜੇ ਖੜੇ ਬਾਗ ਸਾਰੇ ਖਰੀਦ ਲਏ ਹੈਗੇ ਹਰਿਆਣੇ ਦੇ ਵਿੱਚ, ਸਾਰੀ ਖੇਤ ਖਰੀਦ ਲਏ ਖੜੇ, ਉਹ ਕਹਿੰਦੇ ਵੀ ਚਲੋ ਇਹਦਾ ਕੀ ਫਰਕ ਪਊਗਾ, ਉਹਨੂੰ ਤਾਂ ਕੀ ਫਰਕ ਪਊਗਾ, ਸਰੋਂ ਦਾ ਉਹੀ ਆ, ਹੋਰ ਬੰਦੇ ਬੀਜਦੇ ਪਏ ਨੇ। ਉਹਨੇ ਸਭ ਤੋਂ ਪਹਿਲਾਂ 3-4 ਸਾਲ 'ਚ ਸਰੋਂ ਦਾ ਸਾਰਾ ਸਿਸਟਮ ਆਪਣੇ ਕੈਪਚਰ ਕੀਤਾ ਜੀ, ਉਸ ਤੋਂ ਬਾਅਦ ਆਪਣਾ ਕੱਚੀ ਘਣੀਆਂ ਤੇਲ ਕੱਢਿਆ, ਉਹਦੀ ਕੀਮਤ ਚੱਕ ਕੇ 120 ਰੁਪਏ ਕਰਤੀ, ਬਾਕੀਆਂ ਨੇ ਸਰੋਂ ਦਾ ਰੇਟ ਚੱਕਤਾ, ਲੋਕਾਂ ਨੂੰ ਸਸਤੀ ਲੈ ਲਈ, ਆਪ ਤੇਲ ਦਾ ਰੇਟ ਵਧਾਤਾ, ਸਭ ਨੂੰ ਰੇਟ ਵਧਾਉਣਾ ਪੈ ਗਿਆ, ਸਰੋਂ ਮਹਿੰਗੀ ਮਿਲਣ ਲੱਗ ਗਈ, ਬਾਕੀ ਪ੍ਰੋਡਕਟ ਉਹਨਾਂ ਨੂੰ ਰੇਟ ਵਧਾਉਣਾ ਪੈ ਗਿਆ, ਇਹਨੇ ਨਾਲ ਕੰਪੀਟੀਸ਼ਨ ਰੇਟ ਵਧਾਤਾ ਹੈਗਾ। ਇੱਦਾਂ ਜਿਹੜੀ ਨੀਤੀ ਹੈ ਨਾ, ਇਹ ਲੰਬੀ ਸੋਚ ਕੇ ਚੱਲਦੀ, 3-5 ਸਾਲ। ਹੁਣ ਅੱਜ ਦੇਖੋ, ਅੱਜ ਦੇਸ਼ ਦੇ ਵਿੱਚ ਸੇਬ ਨੂੰ ਸੇਬ ਦੇ ਨਾਲ ਨਹੀਂ ਜਾਣਿਆ ਜਾਂਦਾ, ਅਦਾਨੀ ਐਪਲ ਦੇ ਨਾਲ ਜਾਣਿਆ ਜਾਂਦਾ, ਸਾਰੇ ਦੇਸ਼ ਦਾ ਜਿੰਨਾ ਸੇਬ ਦਾ ਰਾਜਾ ਇਹ ਆ, ਅਦਾਨੀ ਹੈ, ਜਿੰਨੇ ਪਾਵਰ ਪਲਾਂਟ ਨੇ ਇਹ ਸਾਰੇ ਜਿਹੜੇ ਕਸ਼ਮੀਰ ਦੇ ਬਾਗ ਸੀ ਅਦਾਨੀਆਂ ਨੇ ਖਰੀਦ ਲਏ ਹੈਗੇ। ਤੇ ਦੇਖੋ ਅਦਾਨੀ ਨਾਲ ਐਪਲ ਹੁੰਦਾ, ਕਸ਼ਮੀਰੋਂ ਐਪਲ ਚੱਲਦਾ ਦਿੱਲੀ ਜਾਂਦਾ ਜੀ, 20 ਰੁਪਏ 22 ਰੁਪਏ 25 ਰੁਪਏ ਨੂੰ, ਤੁਹਾਨੂੰ ਕੀ ਰੇਟ ਮਿਲਦਾ ਪਿਆ? ਇਸ ਟਾਈਮ ਸੀਜ਼ਨ ਆ, 100 ਰੁਪਏ ਤੋਂ ਘੱਟ ਸੇਬ ਨਹੀਂ ਹੈਗਾ, ਪਰ ਲੈ ਕੇ ਦਿਖਾਓ ਜੀ 100 ਰੁਪਏ ਤੋਂ ਘੱਟ ਆ। ਤੇ ਕਿਸਾਨ ਰਾਜਦੀਪ ਜੀ ਕਿੰਨੇ ਚ ਵੇਚਦਾ ਹੈ ਉਹ? ਕਿਸਾਨ ਦਾ ਤਾਂ ਖੂਨ ਚੂਸ ਲੈਂਦੇ ਨੇ ਸਰਿੰਜਾਂ ਲਾ ਕੇ, ਖੂਨ ਕੱਢ ਲੈਂਦੇ ਨੇ ਬਸ, ਤੇਰਾ ਦਿਲ ਚੱਲਦਾ ਰਹੇ ਤੇਰਾ, ਤੇ ਉਹਦਾ ਖੂਨ ਕੱਢ ਲਓ ਸਾਰਾ, ਉਹਦਾ ਖੂਨ ਕੱਢ ਕੇ 20-25 ਰੁਪਏ ਨੂੰ ਖਰੀਦੀ ਜਾ ਰਹੇ ਨੇ ਉੱਥੋਂ ਤੋਂ ਕਿਸਾਨ, ਮਤਲਬ ਕਿਸਾਨ 25 ਰੁਪਏ ਜਿਹੜਾ ਦੇ ਰਿਹਾ ਉਹ ਆਪਾਂ 100 ਰੁਪਏ ਖਰੀਦ ਰਹੇ ਹਾਂ। ਸਿਸਟਮ ਆ ਨਾ ਕਿਸਾਨੀ ਦਾ, ਸਿਸਟਮ ਆ ਉਹ ਖਿੰਡਿਆ ਹੋਇਆ ਬੇਸਿਕਲੀ, ਉਹ ਖਿੰਡਿਆ ਹੋਇਆ, ਉਹ ਮੈਨੇਜ ਸਿਸਟਮ ਨਹੀਂ ਹੈਗਾ, ਕਿਉਂਕਿ ਉਹਦਾ ਕਾਰਨ ਇਹ ਵੀ ਉਹਨਾਂ ਆਰਥਿਕ ਔਕੜਾਂ ਬਹੁਤ ਨੇ, ਜ਼ਮੀਨਾਂ ਥੋੜ੍ਹੀਆਂ ਨੇ। ਇਗਜ਼ਾਮਪਲ ਦੇ ਜਾਂਦੇ ਨੇ ਜੀ, ਜਿਹੜਾ ਦੇਸ਼ ਆਏ ਆ ਫਲਾਣਾ, ਜਿਹੜਾ ਦੇਸ਼ ਖੁਸ਼ਹਾਲ ਆ ਕਹਿੰਦੇ ਕਿਸਾਨੀ ਸਾਨੂੰ ਖੁਸ਼ਹਾਲ ਆ, ਉੱਥੇ ਲੈਂਡ ਬੈਂਕ ਵੀ ਦੇਖੋ ਕਿੰਨਾ ਕਿੰਨਾ ਕਿਸਾਨ ਕੋਲ, 20 ਏਕੜ 15,000 ਏਕੜ, ਇੱਥੇ ਹੈਗੇ 5 ਏਕੜ, 70% ਕਿਸਾਨਾਂ ਕੋਲ 5 ਕਿੱਲੇ ਘੱਟ ਜ਼ਮੀਨ, ਬਿਲਕੁ�ਲ ਠੀਕ ਹੈ। ਅਤੇ ਅਸੀਂ ਆਪਣਾ ਕੰਪੈਰੀਜ਼ਨ ਵੈਸਟਰਨ ਕੰਟਰੀਜ਼ ਨਾਲ ਕਿਵੇਂ ਕਰ ਸਕਦੇ ਹਾਂ? ਅਸੀਂ ਆਪਣਾ ਕੰਪੈਰੀਜ਼ਨ ਆਪਣੇ ਸਿਸਟਮ ਦੇ ਹਿਸਾਬ ਨਾਲ, ਆਪਣੇ ਜਲਵਾਯੂ ਦੇ ਹਿਸਾਬ ਨਾਲ, ਆਪਣੇ ਖੇਤਰਫਲ ਦੇ ਹਿਸਾਬ ਨਾਲ ਕਰ ਸਕਦੇ ਹਾਂ ਅਸੀਂ। ਮੈਂ ਆਪਣੀ ਇਗਜ਼ਾਮਪਲ ਬਰਾਕ ਓਬਾਮਾ ਥੋੜ੍ਹੀ ਦੇ ਸਕਦਾ ਹੈਗਾ, ਮੈਂ ਤਾਂ ਆਪਣੀ ਇਗਜ਼ਾਮਪਲ ਆਪਣੇ ਨਾਲ ਦੇ ਬੰਦੇ ਨਾਲ ਬਰਾਬਰ ਦੇ ਸਕਦਾ ਨਾ, ਵੀ ਅਸੀਂ ਇੱਕ ਜਿੰਨੇ ਲੀਡਰ ਨੇ ਇਹ ਇਗਜ਼ਾਮਪਲਾਂ ਦੇ ਕੇ ਜੀ, ਉਹ ਇਹ ਹੈ, ਉਹ ਇਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਹੈਗੀਆਂ। ਤੁਸੀਂ ਜਿਵੇਂ ਸਰੋਂ ਦੀ ਇਗਜ਼ਾਮਪਲ ਦੇ ਤੀ ਕਿ ਸਰੋਂ ਕਿਸ
ਇਹ ਇਕੱਲਾ ਇਹਦਾ ਪ੍ਰਭਾਵ ਦੇਖੋ, ਇਹਦਾ ਪ੍ਰਭਾਵ ਆਮ ਆਦਮੀ ਕਿਸਾਨ ਨਹੀਂ ਹੈਗਾ, ਇਹ ਕਿਸੇ ਟਾਈਮ ਨਾ ਜਨ ਅੰਦੋਲਨ ਬਣੂਗਾ ਦੇਸ਼ ਦਾ, ਕਿਉਂਕਿ ਨਾ ਇਕੱਲੇ ਕਿਸਾਨ ਨੇ ਪ੍ਰਭਾਵਿਤ ਨਹੀਂ ਹੋਣਾ, ਦੇਸ਼ ਦਾ ਹਰ ਨਾਗਰਿਕ ਇਸ ਤੋਂ ਪ੍ਰਭਾਵਿਤ ਹੋਊਗਾ। ਦੇਖੋ ਜੋ ਚੀਜ਼ ਦੀ ਕੀਮਤ ਇਹਨਾਂ ਦੇ ਕੰਟਰੋਲ 'ਚ ਆ ਗਈ, ਚਾਹੇ ਕੋਈ ਵੀ ਸਬਜ਼ੀ ਆ, ਚਾਹੇ ਇਹ ਇਹਨਾਂ ਨੇ ਕੀਮਤ ਨਿਰਧਾਰਤ ਕਰਨੀ ਆ। ਅੱਜ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਗੋਡਰੇਜ ਕੰਪਨੀ ਦਾ ਮਟਰ ਆਉਂਦਾ, ਤੁਸੀਂ 120 ਰੁਪਏ ਕਿਲੋ ਲੈਂਦੇ ਹੋ ਨਾ, ਅਤੇ ਪੰਜਾਬ ਦੇ ਕਿਸਾਨਾਂ ਤੋਂ ਫਤਿਹਗੜ੍ਹ ਸਾਹਿਬ 'ਚ ਲੋਕ ਬਹੁਤ ਬੀਜਦੇ ਨੇ ਮਟਰ, ਉੱਥੋਂ ਕੀ ਰੇਟ ਲੈ ਕੇ ਜਾਂਦੇ ਨੇ ਇਹ? 12 ਰੁਪਏ। ਚਲੋ ਗਲਤ ਵੀ ਇਸ ਤਰ੍ਹਾਂ ਦੀ ਗੱਲਾਂ ਨੀ ਕਰਨੀ ਚਾਹੀਦੀ, ਉੱਥੇ ਐ ਇੱਥੇ ਹੈ, ਇਹ ਨੀ ਗੱਲ ਹੈਗੀ। ਇੱਥੇ ਬਹੁਤ ਕੁਛ ਹੈ ਹਿੰਦੁਸਤਾਨ ਦੇ ਵਿੱਚ, ਇੱਥੇ ਹੀ ਬਹੁਤ ਕੁਛ ਹੈਗਾ ਵੇਚਣ ਨੂੰ ਉਹਨਾਂ ਨੂੰ। ਪਰ ਹੌਲੀ ਹੌਲੀ ਸਾਰੀ ਮਾਰਕੀਟ 'ਚ ਕੈਪਚਰ ਹੋ ਜਾਊਗਾ, ਦਾਲਾਂ ਉੱਪਰ ਕੰਟਰੋਲ ਹੋ ਜਾਊਗਾ, ਹਰ ਚੀਜ਼ ਉੱਪਰ ਇਹਨਾਂ ਕੰਟਰੋਲ ਹੋ ਜਾਊਗਾ ਵੱਡੇ ਕਾਰਪੋਰੇਟਸ ਦਾ, ਤਾਂ ਉਹ ਆਪਣੀ ਮਰਜ਼ੀ ਦੇ ਵੇਚਣਗੇ, ਅਤੇ ਇਹਦਾ ਪ੍ਰਭਾਵ ਹਰ ਪਰਿਵਾਰ ਪ੍ਰਭਾਵਿਤ ਹੋਊਗਾ। ਇੱਕ ਫਿਊਚਰ ਜਿਹੜਾ ਪ੍ਰੋਸਪੈਕਟਸ ਹੈ ਉਹ ਦੇਖਣਾ ਚਾਹੀਦਾ ਸਾਰਿਆਂ। ਪਰ ਕੀ ਤੁਹਾਨੂੰ ਲੱਗਦਾ ਕੱਲ੍ਹ ਨੂੰ ਕਣਕ ਝੋਨਾ ਜੇ ਨਾ ਪ੍ਰਕਿਓਰ ਕੀਤਾ 100% ਤਾਂ ਨਹੀਂ ਕਰਨਗੇ? ਉਹ ਕਿਉਂ ਕਰਨਗੇ? ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਦੀ ਕੀ ਕੀਮਤ ਹੈ ਜੀ? ਅਤੇ ਇੱਥੋਂ 1000 ਰੁਪਏ ਦੀ ਚੀਜ਼ ਨੂੰ 1800 'ਚ ਕਿਉਂ ਕੋਈ ਪ੍ਰਾਈਵੇਟ ਪਲੇਅਰ ਰਹੂਗਾ? ਉਹ ਤਾਂ ਕਾਰਪੋਰੇਟਸ ਨੇ, ਉਹਨਾਂ ਦਾ ਮੇਨ, ਉਹਨਾਂ ਨੇ ਤਾਂ ਆਪਣਾ ਇਨਕਮ ਦੇਖਣੀ ਆ, ਉਹਨਾਂ ਨੇ ਆਪਣੇ ਮੁਨਾਫਾ ਦੇਖਣਾ, ਵਿੱਤੀ ਲਾਭ ਦੇਖਣੇ ਉਹਨਾਂ ਨੇ, ਤੁਹਾਡਾ ਤੁਹਾਡੇ ਤੁਹਾਡੇ ਬਾਰੇ ਨਹੀਂ ਸੋਚਣਾ ਹੈਗਾ ਉਹਨਾਂ ਨੇ, ਉਹਨਾਂ ਆਪਣੇ ਵਿੱਤੀ ਤੌਰ 'ਤੇ ਸੋਚਣਾ ਸਾਨੂੰ ਇਹ ਵਿੱਤੀ ਲਾਭ ਕੀ ਹੈਗਾ। ਤਾਂ ਜੋ ਅੱਜ ਕਿਸਾਨ ਸੜਕਾਂ 'ਤੇ ਬੈਠਾ ਹੋਇਆ ਰੌਲਾ ਪਾ ਰਿਹਾ ਕਿ ਪ੍ਰਾਈਵੇਟਾਈਜੇਸ਼ਨ ਦੇ ਨਾਲ ਕੱਲ੍ਹ ਨੂੰ ਕਬਜ਼ਾ ਅਡਾਨੀਆਂ ਅੰਬਾਨੀਆਂ ਦਾ ਇਨਡਾਇਰੈਕਟ ਤੌਰ 'ਤੇ ਜਾਂ ਡਾਇਰੈਕਟ ਤੌਰ 'ਤੇ ਤੁਹਾਡੇ ਖੇਤਾਂ 'ਤੇ ਹੋ ਜਾਣਾ, ਇਹ ਹੋ ਜਾਣਾ ਫਿਰ? ਦੇਖੋ ਕਿਸਾਨ ਦੀ ਮੈਂ ਗੱਲ ਕਹਿੰਦਾ ਵੀ ਸਾਡਾ ਜੇ ਮੰਡੀਕਰਨ ਦੀ ਸੋਧ ਹੁੰਦੀ ਨਾ, ਅੱਜ ਦੁੱਧ ਦੇ ਦੇਖੋ ਸਾਡੀ ਇਕਾਨਮੀ ਦਾ 65% ਸਾਡੇ ਦੇਸ਼ ਦੀ ਇਕਾਨਮੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਤੋਂ ਸਾਡੇ ਦੇਸ਼ ਦੀ, ਅਤੇ ਵਰਲਡ ਦਾ ਅਸੀਂ 45% ਪ੍ਰੋਡਕਸ਼ਨ ਕਰਦੇ ਹਾਂ ਮਿਲਕ। ਇੱਕ ਕਿਸਾਨ ਦੁੱਧ ਉਤਪਾਦ ਕਰਦਾ ਉਹਦਾ 30-32 ਰੁਪਏ ਨੂੰ ਵੇਚਦਾ ਪਿਆ, 450 ਫੈਟ ਜਿਹਨੂੰ ਕਹਿੰਦੇ ਆ, ਜਿਹੜਾ ਅਸੀਂ 52-55 ਰੁਪਏ ਲੈਂਦੇ ਹਾਂ ਮਾਰਕੀਟ 'ਚੋਂ ਆਉਣ, ਉਹਦੇ ਉੱਪਰ 8 ਰੁਪਏ ਦੇ ਖਰਚੇ ਲਾ ਲਓ ਤੁਸੀਂ 32 ਰੁਪਏ ਚੱਕ ਕੇ। ਇੱਕ 40 ਰੁਪਏ ਚੀਜ਼ ਨੂੰ ਇੱਕ ਬੰਦਾ ਬਿਨਾਂ ਮਿਹਨਤ ਕੀਤੇ 52 ਰੁਪਏ ਵੇਚ ਰਿਹਾ, ਕਿ ਉਹਦੇ ਕੋਲ ਉਹਦਾ ਵਰਕ ਸਟੇਸ਼ਨ, ਉਹਨੂੰ ਸੇਲ ਸਟੇਸ਼ਨ ਹੈ ਉਹਦੇ ਕੋਲ, ਉਹਦੇ ਕੋਲ ਅੱਡਾ ਇੱਕ ਜਿੱਥੇ ਉਹ ਪ੍ਰੋਡਕਟ ਨੂੰ ਵੇਚ ਸਕਦਾ, ਉਹ ਇਸ ਚੀਜ਼ ਦੀ ਕੀਮਤ ਤੁਹਾਡੇ ਤੋਂ ਲੈ ਰਿਹਾ ਹੈਗਾ। ਜਿਹੜਾ ਬੰਦਾ ਪੈਦਾ ਕਰ ਰਿਹਾ ਜੇ ਉਹਨੂੰ ਸਰਕਾਰ ਅੱਡਾ ਪ੍ਰਦਾਨ ਕਰ ਦੇ ਵੀ ਇੱਕ ਸਿਸਟਮ ਬਣਾ ਦੇ ਵੀ ਆਟੋਮੈਟਿਕ ਸਿਸਟਮ 'ਚ ਇਹਦੇ ਕੋਲ ਚਲੇ ਜਾਣਾ, ਤਾਂ ਉਹਨੂੰ ਕੀਮਤ ਵੱਧ ਮਿਲੂਗੀ, ਤਾਂ ਆਪੇ ਹੋਰ ਹੋਰ ਵਸੀਲੇ ਸੋਚਣਾ ਸ਼ੁਰੂ ਕਰੂਗਾ, ਉਹਦੇ ਕੋਲ ਵਸੀਲਾ ਨਹੀਂ ਹੈਗਾ ਤਾਂ ਕਿਸਾਨ ਮਰ ਰਿਹਾ। ਕੋਲ ਪਸ਼ੂ ਹੈ, ਡੇਅਰੀ ਫਾਰਮਿੰਗ ਕਰ ਰਿਹਾ, ਉਹ ਡਾਇਰੈਕਟ ਕਿਉਂ ਨਹੀਂ ਵੇਚ ਪਾ ਰਿਹਾ? ਉਹੀ ਤਾਂ ਪ੍ਰੋਬਲਮ ਹੈ, ਉਹਦੇ ਕੋਲ ਵਸੀਲੇ ਨਹੀਂ ਹੈਗੇ, ਸਾਡਾ ਸਿਸਟਮ ਨਹੀਂ ਨਾ ਹੈਗਾ। ਮੈਂ ਉਹੀ ਕਹਿੰਦਾ ਉਸੇ ਕਿਸਾਨ ਨੂੰ 40 ਰੁਪਏ ਨੂੰ ਚੱਕੋ ਦੁੱਧ, ਉਹਨੂੰ ਇੱਕ ਸਿਸਟਮ ਬਣਾ ਕੇ ਦਿਓ ਵੀ ਸਰਕਾਰ ਚੱਕੂਗੀ ਅਤੇ ਆਹ ਰੇਟ 'ਤੇ ਸਰਕਾਰ ਦਊਗੀ, ਤਾਂ ਆਪੇ ਕਿਸਾਨ ਵਿਕਸਿਤ ਕਰ ਲੈਣਗੇ। ਮੈਂ 45% ਵਰਲਡ ਦਾ ਅਸੀਂ ਮੈਨੂਫੈਕਚਰ ਸਾਡੇ ਅਸੀਂ ਪੈਦਾ ਕਰਦੇ ਹਾਂ, ਅਸੀਂ ਇਹਨੂੰ 45 ਤੋਂ 90% 'ਤੇ ਲੈ ਜਾਈਏ। ਸਾਡੇ ਕੋਲ ਸਰੋਤ ਬਹੁਤ ਨੇ, ਸਾਡੇ ਕੋਲ ਅੱਗੇ ਜਿਸ ਭਵਿੱਖ ਦੇਖਿਆ ਜਾਵੇ ਖੇਤੀਬਾੜੀ ਭਵਿੱਖ ਬਹੁਤ ਆ, ਕਿਉਂਕਿ ਸਾਡੇ ਲਾਗਲੇ ਜਿਹੜੇ ਕੰਟਰੀ ਰਸ਼ੀਆ ਇਹ ਸਾਰੇ ਕੰਟਰੀਜ਼ ਹੈਗੀਆਂ ਨੇ, ਇੰਗਲੈਂਡ, ਠੰਡ ਇੱਥੇ ਜ਼ਿਆਦਾ, ਸਾਰੀਆਂ ਸਬਜ਼ੀਆਂ ਇੰਪੋਰਟ ਹੁੰਦੀਆਂ ਉੱਥੇ, ਖਾਣ ਪੀਣ ਸਾਰਾ ਕੁਛ। ਸਾਡਾ ਦੇਸ਼ ਕਿਉਂ ਨਹੀਂ ਕਰ ਸਕਦਾ ਹੈਗਾ? ਸਭ ਕੁਛ ਕਰ ਸਕਦਾ, ਸਾਨੂੰ ਉਹ ਜੀ ਕੁਆਲਿਟੀ ਦੇਵਾਂਗੇ, ਅਸੀਂ ਕੁਆਲਿਟੀ ਅਸੀਂ ਤਾਂ ਦੇਵਾਂਗੇ, ਸਾਨੂੰ ਆਪਣੇ ਆਪ ਦੀ ਸਿਕਿਉਰਿਟੀ ਹੋਊਗੀ, ਸਾਨੂੰ ਸਿਕਿਉਰਿਟੀ ਨਹੀਂ ਹੈ। ਸਾਡੇ ਤਾਂ ਜੀਵਨ ਦੀਆਂ ਆਰਥਿਕ ਔਕੜੇ ਨਹੀਂ ਜ਼ਿਆਦਾ ਨੇ ਕਿਸਾਨ ਦੀਆਂ ਗਰੀਬੀ ਕਾਰਨ, ਅਸੀਂ ਉਸ ਲੈਵਲ 'ਤੇ ਸੋਚ ਨਹੀਂ ਪਾਉਂਦੇ ਹੈਗੇ। ਸਾਡਾ ਮਾਨਸਿਕਤਾ ਨੂੰ ਵਧਾਉਣ ਦੀ ਲੋੜ ਹੈਗੀ ਆ, ਅਤੇ ਸਰਕਾਰ ਨੂੰ ਮੰਡੀਕਰਨ ਦਰੁਸਤ ਕਰਨ ਦੀ ਲੋੜ ਸੀਗੀ, ਫਿਰ ਕਿਸਾਨ 'ਚ ਜੋ ਮਰਜ਼ੀ ਕਾਨੂੰਨ ਪਾਸ ਕਰ ਦਿੰਦੇ ਸੀ, ਕਿਸਾਨ ਨੂੰ ਉਹਨਾਂ 'ਤੇ ਵਿਸ਼ਵਾਸ ਹੁੰਦਾ, ਹੁਣ ਕਿਸਾਨ ਵਿਸ਼ਵਾਸ ਹੀ ਨਹੀਂ ਹੈਗਾ। ਸਾਡਾ ਕਿਸਾਨ ਕੈਨੇਡਾ ਵਰਗੇ ਮੁਲਕ 'ਚ ਜਾ ਕੇ ਵੀ ਖੇਤੀ ਕਰ ਰਿਹਾ, ਉੱਥੇ ਜਾ ਕੇ ਇਹੀ ਕਿਸਾਨ ਜਿਹੜਾ ਇੱਥੇ ਰੋਂਦਾ ਸੀ ਉਹ ਉੱਥੇ ਜਾ ਕੇ ਖੁਸ਼ ਹੋ ਜਾਂਦਾ, ਉਹ ਕਿਉਂ? ਉਹ ਕਾਰਨ ਉੱਥੇ ਮੰਡੀਕਰਨ ਬਹੁਤ ਵਧੀਆ ਹੈਗਾ, ਸਿਸਟਮੈਟਿਕ ਮੰਡੀਕਰਨ ਆ ਸਾਰਾ ਕੁਛ। ਸਰਕਾਰ ਨੂੰ ਪਤਾ, ਉਹਨੂੰ ਪਤਾ ਵੀ ਆਹ ਵਿੱਚ ਹੀ ਇੰਨੀ ਉਗਾਉਣੀ ਆ ਅਤੇ ਮੇਰੀ ਇੰਨੇ ਦੀ ਇਸ ਮੰਡੀ 'ਚ ਵਿਕ ਜਾਣੀ ਹੈਗੀ ਆ। ਇੱਥੇ ਤਾਂ ਕਿਸਾਨ ਨੂੰ ਪਤਾ ਹੀ ਨਹੀਂ ਗਾ। ਤੁਸੀਂ ਮੈਂ ਪਰਸੋਂ ਚੌਥੀ ਖਬਰ ਪੜ੍ਹਦਾ ਪਿਆ ਸੀ, ਇੱਕ ਬੰਦੇ ਨੇ ਸ਼ਿਮਲਾ ਮਿਰਚਾਂ ਸੜਕੀਆਂ ਸੜਕ 'ਤੇ ਲਿਆ ਗਈਆਂ, 2 ਰੁਪਏ ਕਿਲੋ, ਤਾਂ ਮੈਨੂੰ ਮੇਰੀ ਵਿਕਦੀਆਂ ਪਈਆਂ, ਕਹਿੰਦਾ ਮੈਂ ਅਤੇ ਉਹ ਕਿਸਾਨੀ ਕਿਵੇਂ ਇੱਥੇ ਵਿਕਸਿਤ ਹੋ ਜੂ ਸਾਡੇ ਦੇਸ਼ ਦੇ ਵਿੱਚ, ਕਿਵੇਂ ਕਿਸਾਨ ਦੀ ਮਾਨਸਿਕਤਾ ਚੇਂਜ ਹੋ ਜਾਊਗੀ? ਇਸ ਲਈ ਹਰ ਕਿਸੇ ਨੂੰ ਸਹਿਯੋਗ ਦੀ ਲੋੜ ਆ, ਹਰ ਕਿਸੇ। ਰਾਜਦੀਪ ਜੀ, ਇਹਦਾ ਮੈਨੂੰ ਥੋੜ੍ਹਾ ਸਿਆਸੀ ਫੈਕਟਰ ਸਮਝਾਓ ਕਿ ਜਦੋਂ ਅਸੀਂ ਨਾਅਰੇਬਾਜ਼ੀਆਂ ਕਰ ਰਹੇ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਵੱਢ ਦਿਆਂਗੇ, ਸਾਡਾ ਨੌਜਵਾਨ ਕਹਿ ਰਿਹਾ ਕਿ ਜੇ ਸਾਡੇ ਹੱਥਾਂ 'ਚ 45 ਵਾਲਿਆਂ 'ਚ 47 ਲਿਆਉਣ ਕਰਕੇ ਮਜਬੂਰ ਨਾ ਕੀਤਾ ਜਾਵੇ। ਅਸੀਂ ਬੜਾ ਦੌਰ ਪੰਜਾਬ ਨੇ ਦੇਖਿਆ, ਔਰ ਹੁਣ ਅਸੀਂ ਦੁਬਾਰਾ ਨੌਜਵਾਨ ਜਿਹੜਾ ਉੱਥੇ ਸਟੇਟਮੈਂਟਾਂ ਦਿੰਦਾ ਹੈ, ਤੁਹਾਨੂੰ ਲੱਗਦਾ ਕਿ ਅਸੀਂ ਇਹ ਪ੍ਰੈਕਟੀਕਲ ਗੱਲਾਂ ਕਰ ਰਹੇ ਹਾਂ ਜਾਂ ਤੁਹਾਨੂੰ ਲੱਗਦਾ ਇਹ ਵੀ ਜ਼ਰੂਰੀ ਨੇ ਤਾਂ ਜੋ ਜੋਸ਼ ਬਣਿਆ ਰਹੇ? ਤੁਸੀਂ 47 ਦੀ ਗੱਲ ਕਰਦੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਤੱਕ ਤੁਹਾਡੀ ਸਹੀ ਨੀਤੀ ਨਹੀਂ ਹੈ ਤੁਹਾਡੇ ਕੋਲ ਸਹੀ ਮਾਰਗਦਰਸ਼ਨ ਨਹੀਂ ਹੈਗਾ, ਅਤੇ ਉਦੋਂ ਤੱਕ ਤੁਹਾਡੇ ਸਰਕਾਰ 'ਤੇ ਪ੍ਰਭਾਵ ਨਹੀਂ ਆਉਣਾ। ਸਰਕਾਰ 'ਤੇ ਪ੍ਰਭਾਵ ਆਉਣ ਤੋਂ ਬਾਅਦ ਜੋਸ਼ ਦਿਖਾਉਣ ਦੀ ਲੋੜ ਹੈ। ਇਹ 1947 ਦੀ ਅਸੀਂ ਗੱਲ ਕਰਦੇ ਹਾਂ ਜਾਂ ਹੋਰ ਅਸੀਂ ਗੱਲ ਕਰਦੇ ਹਾਂ, ਅਤੇ ਸਰਕਾਰਾਂ ਕੋਲ ਵੀ ਤਾਂ 1947 ਹੈਗੀਆਂ ਨੇ ਨਾ, ਸਾਡੇ ਤੋਂ ਜ਼ਿਆਦਾ ਨੇ ਉਹਨਾਂ ਕੋਲ। ਜਿਹੜੇ ਇਹ ਰਸਤਾ ਜੇ, ਮੈਂ ਇਹਨੂੰ ਸਹੀ ਦਿਸ਼ਾ ਨਹੀਂ ਮੰਨਦਾ ਹੈਗਾ ਸਾਡੇ ਅੰਦੋਲਨ ਦੀ। ਦੇਖੋ ਕਹਿਣ ਨੂੰ ਠੀਕ ਹੈ, ਕਹਿਣ ਨੂੰ ਠੀਕ ਹੈ,
ਸਭ ਤੋਂ ਸੌਖਾ ਜੇ ਸਾਡੇ ਦੇਸ਼ 'ਚ ਕਿਸੇ ਨੂੰ ਹੈਗਾ ਭੰਨਣਾ ਸਰਕਾਰਾਂ ਨੂੰ ਆ ਅਤੇ ਅਸੀਂ ਉਹੀ ਸਰਕਾਰਾਂ 'ਚ ਚੁਣੀ ਜਾਂਦੇ ਹਾਂ ਕਿ ਅਸੀਂ ਕਦੇ ਬਦਲਾਅ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਚੁਣਦੇ ਤਾਂ ਅਸੀਂ ਹਾਂ ਅਸੀਂ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਹਾਂ ਅਸੀਂ ਕਹਿੰਦੇ ਸਰਕਾਰ ਨੇ ਕੈਪਟਨ ਸਾਹਿਬ ਨੇ ਕਿਹਾ ਮੈਂ 12 ਲੱਖ ਨੌਕਰੀ ਦਊਂਗਾ ਤੁਸੀਂ ਕਿਉਂ ਚੁਣਿਆ ਕੈਪਟਨ ਨੂੰ 12 ਲੱਖ ਨੌਕਰੀ ਪ੍ਰੈਕਟੀਕਲ ਪੂਰੀ ਹੋ ਸਕਦੀ ਹੈ ਦੇਸ਼ ਦੇ ਆਲਰੇਡੀ 4 ਲੱਖ ਇੰਪਲਾਈ ਸਰਕਾਰ ਕੋਲ ਉਹ ਤਾਂ 6,000 ਕਰੋੜ ਦਾ ਬਜਟ ਆ ਪੰਜਾਬ ਸਰਕਾਰ ਦੇ ਕੋਲ ਉਹਦੀ ਤਨਖਾਹ ਤਾਂ ਸਰਕਾਰ ਤਾਂ ਦੇਣੀ ਹੁੰਦੀ ਆ ਕੀ ਸਰਕਾਰ 12 ਲੱਖ ਬੰਦਾ ਭਰਤੀ ਕਰਕੇ 3 ਗੁਣਾ ਹੋਰ ਭਰਤੀ ਕਰਕੇ ਆਪਣੇ 24,000 ਕਰੋੜ ਰੁਪਈਆ ਤਨਖਾਹ ਦੇ ਸਕਦੇ ਬੰਦੇ ਦੀ ਕੀ ਇਹ ਪੋਸੀਬਲ ਸੀਗਾ ਅਤੇ ਲੋਕਾਂ ਨੇ ਕਿਉਂ ਨਹੀਂ ਸੋਚਿਆ ਇਸ ਚੀਜ਼ ਨੂੰ ਜੀ ਕੈਪਟਨ ਸਾਹਿਬ ਕਰਕੇ ਲੋਕਾਂ ਨੇ ਅਸੀਂ ਸਮਾਰਟ ਫੋਨ ਕੀ ਕਰਨੇ ਆ ਸਾਡੀ ਕਾਬਲੀਅਤ ਵਧਾਓ ਅਸੀਂ ਸਮਾਰਟ ਫੋਨ ਆਪੇ ਪਰਚੇਜ਼ ਕਰ ਲਵਾਂਗੇ ਤੁਹਾਡੀ ਪਰ ਪਰਸਨ ਕੈਪੀਟਲ ਇਨਕਮ ਦੇਸ਼ ਦੀ ਕੀ ਹੈ ਜੀ ਤੁਹਾਡੀ 900 ਰੁਪਈਏ ਆ ਅਤੇ ਚਾਈਨਾ ਦੀ 2700 ਰੁਪਈਏ ਆ ਪਰ ਪਰਸਨ ਕੈਪੀਟਲ ਇਨਕਮ ਵਧਣੀ ਚਾਹੀਦੀ ਹੈ ਹਰੇਕ ਇਨਸਾਨ ਦੀ ਇੱਥੇ ਤਾਂ ਉਹ ਦੇਸ਼ ਖੁਸ਼ਹਾਲ ਹੋਊਗਾ ਵੀ ਅਸੀਂ ਇਹੋ ਜਿਹੀਆਂ ਗੱਲਾਂ ਕਰਨ ਨੂੰ ਵਧੀਆ ਨੇ ਠੀਕ ਹੈ ਸੁਣਨ ਵਾਲੇ ਨੂੰ ਅੱਛੀਆਂ ਲੱਗਦੀਆਂ ਹੈਗੀਆਂ ਪਰ ਇਹਨਾਂ ਨੂੰ ਅਸੀਂ ਆਪਣੇ ਜ਼ਮੀਨੀ ਹਕੀਕਤ ਲੈ ਕੇ ਆਉਂਦੇ ਹਾਂ ਨਾ ਜਾਮੀ ਜਾਂ ਜਮਾ ਪਹਿਨਾਉਂਦੇ ਹਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਅਸੀਂ ਉਦੋਂ ਇਹ ਮੁਸ਼ਕਲ ਬਹੁਤ ਜ਼ਿਆਦਾ ਨੇ ਸੌਖੀਆਂ ਨਹੀਂ ਹੈ ਇਹ ਚੀਜ਼ਾਂ ਕਰਨੀਆਂ ਮੈਂ ਇਹ ਗੱਲ ਮੰਨਦਾ ਬਾਕੀ ਜੇ ਸਿਆਸੀ ਗੱਲ ਕਰਦੇ ਹਾਂ ਸਿਆਸਤ ਮੈਂ ਦੱਸਦੀ ਸਿਆਸਤ ਉਹ ਧੰਦਾ ਹੈ ਸਿਆਸਤਦਾਨਾਂ ਦਾ ਅਤੇ ਉਹਨਾਂ ਨੇ ਉਹ ਗੱਲ ਕਰਨੀਆਂ ਅੱਗੇ ਦੀ ਰੂਪ ਰੇਖਾ ਤੁਹਾਨੂੰ ਕੀ ਲੱਗਦਾ ਕਿ ਹੁਣ ਇਸ ਲੜਾਈ ਨੂੰ ਅਜੇ ਵੀ ਵਧਾਉਣ ਵਾਸਤੇ ਹਰਿਆਣੇ ਨੂੰ ਨਾਲ ਜੋੜਨਾ ਪੈਣਾ ਯੂਪੀ ਨੂੰ ਨਾਲ ਜੋੜਨਾ ਪੈਣਾ ਰਾਜਸਥਾਨ ਨੂੰ ਨਾਲ ਜੋੜਨਾ ਪੈਣਾ ਸਾਨੂੰ ਇਹ ਸੰਘਰਸ਼ ਨੂੰ ਦੇਸ਼ ਦਾ ਸੰਘਰਸ਼ ਬਣਾਉਣਾ ਪੈਣਾ ਸਾਨੂੰ ਐਵੇਂ ਉਹਨੂੰ ਗਾਲਾਂ ਕੱਢਤੀਆਂ ਇਹਨੂੰ ਗਾਲਾਂ ਕੱਢਤੀਆਂ ਇਹ ਚੀਜ਼ ਬੰਦ ਕਰਨੀ ਚਾਹੀਦੀ ਹੈ ਬਿਲਕੁਲ ਇੱਕ ਸਹੀ ਨੀਤੀ ਬਣਾਉਣੀ ਚਾਹੀਦੀ ਹੈ ਅਸੀਂ ਦੇਖੋ ਪੰਜਾਬ 'ਚ ਬੈਠੇ ਹਾਂ ਪੰਜਾਬ 'ਚ ਬੀਜੇ ਅੱਜ ਪੰਜਾਬ ਦੇ ਕਾਂਗਰਸ ਸਰਕਾਰ ਸਰਕਾਰ ਸਪੋਰਟ ਕਰ ਰਹੀ ਹੈ ਬੇਸਿਕਲੀ ਅੰਦੋਲਨ ਨੂੰ ਠੀਕ ਹੈ ਜਿਹੜੇ ਪ੍ਰੋਟੈਸਟ ਹੋ ਰਹੇ ਸਰਕਾਰ ਦੀ ਸਪੋਰਟ ਨਾਲ ਹਰਿਆਣੇ 'ਚ ਕਿਉਂ ਨਹੀਂ ਹੋ ਪਾਇਆ ਹੈਗਾ ਸਰਕਾਰ ਕੋਲ ਸਟਰੈਂਥ ਹੈ ਸਰਕਾਰ ਕੋਲ ਤਾਕਤ ਬਹੁਤ ਹੁੰਦੀ ਹੈ ਇਹ ਨਹੀਂ ਹੈ ਵੀ ਅਸੀਂ ਉਸ ਤਾਕਤ ਨਾਲ ਨਹੀਂ ਲੜ ਸਕਦੇ ਅਸੀਂ ਉਸ ਤਾਕਤ ਦੇ ਨਾਲ ਸੰਵਿਧਾਨਕ ਤੌਰ 'ਤੇ ਏਕਤਾ ਦੇ ਰੂਪ ਦੇ ਵਿੱਚ ਪ੍ਰਭਾਵ ਪਾ ਕੇ ਲੜ ਸਕਦੇ ਹਾਂ ਇਹ ਪ੍ਰਭਾਵ ਕਿਵੇਂ ਪੈਣਾ ਇਹ ਜਿਹੜਾ ਇਹ ਅੰਦੋਲਨ ਆ ਇਕੱਲੇ ਪੰਜਾਬ ਦਾ ਅੰਦੋਲਨ ਨਾ ਰਹੇ ਪੂਰੇ ਦੇਸ਼ ਦਾ ਅੰਦੋਲਨ ਹੋਵੇ ਸਾਨੂੰ ਸਹੀ ਇੱਕ ਲੀਡਰਸ਼ਿਪ ਚੁਣਨਾ ਚਾਹੀਦਾ ਇਹ ਸਾਨੂੰ ਅਪੋਜੀਸ਼ਨ ਪਾਰਟੀ ਦੀ ਲੋੜ ਸੀਗੀ ਉਹਨਾਂ ਸਾਡੀ ਪਹੁੰਚ ਨਾ ਸਰਕਾਰ ਤੱਕ ਈਜ਼ੀ ਹੋ ਜਾਣੀ ਸੀ ਅਸੀਂ ਉਦੋਂ ਕਰੇ ਬਹਿ ਗਏ ਸਾਰੇ ਬੰਦੇ ਅਤੇ ਸਰਕਾਰ ਨਾਲ ਗੱਲ ਕੌਣ ਕਰੂਗਾ ਹੁਣ ਕੋਈ ਐਮ ਪੀ ਹੀ ਕਰ ਸਕਦਾ ਜਾ ਕੇ ਸੂਬੇ ਦਾ ਹਰਿਆਣੇ ਦਾ ਹੋਵੇ ਹਿਮਾਚਲ ਦਾ ਹੋਵੇ ਰਾਜਸਥਾਨ ਦਾ ਹੋਵੇ ਮਤਲਬ ਜੇ ਸਿਆਸੀ ਬੰਦੇ ਅੱਗੇ ਗੱਲ ਸੌਖੀ ਪਹੁੰਚਾ ਸਕਦੇ ਨੇ ਅਤੇ ਸਾਨੂੰ ਸਿਆਸਤ ਦਾ ਵੀ ਪੱਖ ਨਾਲ ਸੋਚਣਾ ਚਾਹੀਦਾ ਉਹਨਾਂ ਦਾ ਵੀ ਕਿਤੇ ਨਾ ਕਿਤੇ ਕੋਈ ਯੋਗਦਾਨ ਹੋ ਸਕਦਾ ਜੋ ਮੈਂ ਮੰਨਦਾ ਹੈ ਪਰ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਦਾ ਜਿਹੜਾ ਇੱਕ ਪ੍ਰੈਸ਼ਰ ਹੈ ਉਹ ਵੀ ਬੜਾ ਵੱਡਾ ਪ੍ਰੈਸ਼ਰ ਹੈ ਜਥੇਬੰਦੀਆਂ ਅੱਗੇ ਪਹਿਲਾਂ ਸਟੇਟ ਦੀਆਂ ਸਰਕਾਰਾਂ ਤੋਂ ਝੁਕਦੀਆਂ ਆਈਆਂ ਇਸ ਵਾਰ ਲੜਾਈ ਕੇਂਦਰ ਨਾਲ ਆਪਣੀ ਨਹੀਂ ਇਸ ਵਾਰ ਜਿਹੜੀ ਲੜਾਈ ਆ ਸਾਨੂੰ ਆਪਣੇ ਸਾਡੇ ਵਜੂਦ ਦੀ ਲੜਾਈ ਆ ਅਸਲ 'ਚ ਨਾ ਕੇਂਦਰ ਦੀ ਆ ਨਾ ਕਿਸੇ ਹੋਰ ਦੀ ਆ ਸਾਡੇ ਕਿਸਾਨੀ ਵਜੂਦ ਦੀ ਲੜਾਈ ਆ ਇਹ ਇਹ ਕਿਸਾਨੀ ਵਜੂਦ ਪੰਜਾਬ ਦਾ ਖਤਰੇ 'ਚ ਆ ਹਰਿਆਣੇ ਦਾ ਵੀ ਖਤਰੇ 'ਚ ਆ ਰਾਜਸਥਾਨ ਦਾ ਵੀ ਖਤਰੇ 'ਚ ਆ ਇਹ ਸਭ ਦਾ ਵਜੂਦ ਖਤਰੇ 'ਚ ਆ ਅਸੀਂ ਕਿਸਾਨੀ ਨੂੰ ਬਚਾਉਣਾ ਹੈਗਾ ਜੇ ਸਾਡੀ ਕਿਸਾਨੀ ਆ ਤਾਂ ਅਸੀਂ ਕਿਸਾਨ ਆ ਜੋ ਮੈਂ ਮੰਨਦਾ ਹੈਗਾ ਅਤੇ ਸਾਨੂੰ ਜਿਹੜਾ ਇਹ ਲੜਾਈ ਆ ਇਹ ਕਿਸਾਨੀ ਵਜੂਦ ਦੀ ਲੜਾਈ ਮੰਨ ਕੇ ਚੱਲਣਾ ਚਾਹੀਦਾ ਇਹ ਨਹੀਂ ਚੱਲਣਾ ਚਾਹੀਦਾ ਉਹ ਐਂ ਆ ਉਹ ਉਹਦੇ ਨਾਲ ਸੰਬੰਧ ਰੱਖਦਾ ਇਹਦੇ ਨਾਲ ਸੰਬੰਧ ਰੱਖਦਾ ਹੈਗਾ ਜੇ ਉਹ ਤਾਂ ਸਰਕਾਰ ਚਾਹੁੰਦੀ ਆ ਵੀ ਥੱਕ ਹਾਰ ਜਾਣ ਜਾਂ CNRC 'ਚ ਕੀ ਹੋਇਆ ਦੱਸੋ ਜੀ ਕਿੱਡਾ ਬੜਾ ਦੇਸ਼ 'ਚ ਜੋ ਅੰਦੋਲਨ ਹੋਇਆ ਜੀ ਸਰਕਾਰ ਨੇ ਦਬਾਤਾ 370 'ਚ ਕੀ ਹੋਇਆ 3 ਜਿਹੜੇ ਤਲਾਕਾਂ ਮਾਮਲੇ 'ਚ ਕੀ ਹੋਇਆ ਯੂਪੀ 'ਚ ਕਿੱਡਾ ਅੰਦੋਲਨ ਹੋਇਆ ਸਰਕਾਰਾਂ ਕੋਲ ਤਾਕਤਾਂ ਬੜੀਆਂ ਨੇ ਇਹ ਨਹੀਂ ਹੈ ਵੀ ਉਹ ਕਮਜ਼ੋਰ ਨੇ ਉਹਨਾਂ ਨੇ ਚੀਜ਼ਾਂ ਸੋਚੀਆਂ ਹੋਈਆਂ ਨੇ ਮੈਂ ਉਹੀ ਗੱਲ ਕਰਨਾ ਪਿਆ ਵੀ ਇਹਨੂੰ ਕਿਸਾਨੀ ਸੰਘਰਸ਼ ਬਣਾਓ ਅਤੇ ਦੇਸ਼ ਦਾ ਸੰਘਰਸ਼ ਬਣੇ ਇਹ ਵੱਡਾ ਸੰਘਰਸ਼ ਬਣੇ ਨਾ ਕਿ ਪੰਜਾਬ ਦਾ ਸੰਘਰਸ਼ ਬਣੇ ਫਿਰ ਸਰਕਾਰ 'ਤੇ ਪ੍ਰਭਾਵ ਜ਼ਰੂਰ ਆਊਗਾ ਅਜੇ ਤੱਕ ਸਰਕਾਰ ਨੇ ਕੋਈ ਪ੍ਰਕਿਰਿਆ ਜ਼ਾਹਰ ਨਹੀਂ ਕੀਤੀ ਹੈਗੀ ਤੁਸੀਂ ਆਪਾਂ ਦੇਖੋ ਕਿਤੇ ਕੋਈ ਸਟੇਟਮੈਂਟ ਜਾਰੀ ਕੀਤੀ ਗਈ ਹੈ ਸਰਕਾਰ ਇਹੀ ਗੱਲ ਕਹਿ ਰਹੀ ਹੈ ਇਹ ਬਿੱਲ ਤੁਹਾਡੇ ਲਈ ਲਾਹੇਵੰਦ ਨੇ ਤਾਂ ਕੀ ਇਹ ਲੰਬੀ ਪਲੈਨਿੰਗ ਹੈ ਲਾਈਕ 5 ਸਾਲ 10 ਸਾਲ 15 ਸਾਲ ਤੱਕ ਇਹਦਾ ਇੰਪੈਕਟ ਆਊਗਾ ਕਿ ਪਹਿਲੇ ਕੁਛ ਸਾਲਾਂ ਦੇ ਵਿੱਚ ਸਰਕਾਰ ਇਹ ਮਹਿਸੂਸ ਕਰਾਊਗੀ ਵੀ ਤੁਹਾਡੇ ਫਾਇਦੇ ਵਾਸਤੇ ਸੀ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਤੇ ਹੌਲੀ ਹੌਲੀ ਥੋੜੇ ਸਾਲ ਜਿਹੜੀ FCI ਹੈਗੀ ਆ ਜੋ ਮੈਂ ਸੋਚਦਾ ਹੈਗਾ ਜਦੋਂ 30% ਪਰਚੇਜ਼ ਰਹਿ ਜਾਣੀ ਆ 4 ਤੋਂ 5 ਸਾਲ 'ਚ ਡਿਫੰਟ ਹੋ ਜੂਗੀ ਉਹ ਡਿੱਗ ਜੂਗੀ ਉਹ ਜਿੱਦਣ FCI ਖਤਮ ਹੋ ਗਈ ਦੇਸ਼ ਦੇ ਵਿੱਚ ਉੱਦਣ ਕਿਸਾਨੀ ਦਾ ਇਹ ਕਾਲਾਬਜ਼ਾਰੀ ਹੈ ਜਿਹੜੀ ਕਾਰਪੋਰੇਟਸ ਦੀ ਉਹ ਸ਼ੁਰੂ ਹੋ ਜੂਗੀ ਇਹ ਮੈਂ 4 ਤੋਂ 5 ਸਾਲ ਮੰਨਦਾ ਸੌਖੇ ਨਿਕਲ ਜਾਣਗੇ ਉਸ ਤੋਂ ਬਾਅਦ ਪ੍ਰਭਾਵ ਆਉਣਾ ਸ਼ੁਰੂ ਹੋ ਜੂਗਾ 10 ਸਾਲ ਦੇ ਵਿੱਚ ਜਾ ਕੇ ਕਲੀਨ ਬੋਲਡ ਜਿਹੜਾ ਸਿਸਟਮ ਆ ਉਹ ਹੋ ਜੂਗਾ ਕਿਸਾਨ ਕਲੀਨ ਮੁੜ ਹੋ ਜਾਣਗੇ ਤਾਂ ਜਿਵੇਂ ਆਪਾਂ ਕਹਿੰਦੇ ਵੀ ਬਿਹਾਰ ਵਾਲਾ 10 ਕਿੱਲੇ ਵਾਲਾ ਯੂਪੀ ਵਾਲਾ 10-12 ਕਿੱਲੇ ਵਾਲਾ ਇੱਥੇ ਆ ਕੇ ਲੇਬਰ ਕਰਦਾ ਹੈ ਸਾਡਾ ਉਹ ਹਾਲਾਤ ਬਣਾ ਦੇਣਗੇ ਦੇਖੋ ਜ਼ਮੀਨਾਂ ਦੇ ਜਦ ਤੁਹਾਨੂੰ ਵਾਇਬਿਲਿਟੀ ਨਹੀਂ ਆਉਣੀ ਤੁਹਾਡੀ ਜ਼ਮੀਨ ਦੀ ਤੁਹਾਨੂੰ ਵਾਇਬਿਲਿਟੀ ਨਹੀਂ ਆਉਣੀ ਹੈਗੀ ਤੁਸੀਂ ਵੇਚੋਗੇ ਤੁਹਾਡੇ ਕੋਲ ਹੋਰ ਆਲਟਰਨੇਟ ਕੀ ਹੈ ਦੂਜਾ ਤੁਹਾਡੇ ਕੋਲ ਪੱਖ ਕੀ ਹੈ ਹੋਰ ਤੁਸੀਂ ਸੋਚੋਗੇ ਇਹਨੂੰ ਵੇਚੀਏ ਮੈਂ ਹੋਰ ਕੋਈ ਧੰਦਾ ਅਪਣਾ ਲਵਾਂ ਹੌਲੀ ਹੌਲੀ ਦੇਖੋ ਲੈਣ ਵੈਣ ਵੀ ਥੋੜ੍ਹਾ ਸਾਰਿਆਂ ਕੋਲ ਕੁਛ ਲੋਕ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕਿਸੇ ਨੇ ਪੱਖੋਂ ਪਹਿਲੇ ਤੌਰ 'ਤੇ ਨਹੀਂ ਲੱਗਿਆ ਹੋਇਆ ਅਤੇ ਹੁਣ ਹੋਰ ਕੁਸ਼ਚਨ ਤੇਜ਼ ਹੋ ਜਾਣਗੀਆਂ ਇਹ ਕਿਸਾਨ ਦਾ ਜਾੜਾ 10 ਸਾਲ 'ਚ ਹੋ ਜੂਗਾ ਬਿਲਕੁਲ ਪੂਰਨ ਤੌਰ 'ਤੇ ਜੋ ਸਰਕਾਰ ਤੁਹਾਨੂੰ ਕਿਸੇ ਕੋਈ ਚਾਂਸ ਲੱਗਦਾ ਵੀ ਸਰਕਾਰ 'ਚ
मोदी झुक जूगा, इन्हें नहीं झुकूगा, वे वे झुक जाते हैं, पर थोड़े एकता होनी चाहिए है। मैं पहली गल ही बार बार कहना, साढ़े एकता होनी चाहिए है, साढ़े को सही मार्गदर्शन, सही नीति, तो साढ़े को फिर असी इस जो अंदोलन आ असी मतलब कामयाबी वाले रस्ते से लेके जा सकते हैं। जे असी इस तरह बैठे करी जावे, अज वो रुक लिया, कल वो रुक लिया, एक किन्नी देर बैठे रहेंगे असं। हूँ झोने की अगर अगे वढ़ाई आ गई जी, हम कणक बीजनी है, उधर बिजी हो जाना, अंदोलन वीक, सरकार की हरेक नीति बनी हुई है। अज झोना पहले की अलाउ करता सरकार ने, अलाउ करता झोना चक लो फटाफट, कारण कि किसान अपने झोना बेचूगा, फिर ना कणक लानी पैनी है। दो महीने तीन महीने पर बिजी हो गए, तीन महीने अंदोलन थोड़ा मठा पै जूगा, ठंडा पै जाता है। प्लानिंग ना चले सही टाइम जिस तरह मैं कहा, जो तक थोड़ी थोड़ी नीति, थोड़ी सोच, थोड़े दुश्मन तो अगे नहीं होगी ना, उदो तक दुश्मन में जित नहीं पाओगे। बस मैं तो यही मेरी सोच मैंने लगता है। बिल्कुल, बहुत धन्यवाद साढ़े नाल गलबात करने वास्ते। राजदीप सिंह बैनीपाल साढ़े चीफ एडिटर इस मुद्दे ते अपनी राय दे रहे सी, इस पेशकश च इन्हें इजाजत दिओ, धन्यवाद।